ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਪਾਕਿਸਤਾਨ ਤੇ ਇੰਡੀਆ ਦੇ ਵਿੱਚ ਜਿੰਨਾ ਤਲਖੀ ਦਾ ਮਾਹੌਲ ਚੱਲ ਰਿਹਾ, ਉਸ ਤੋਂ ਬਾਅਦ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਹੋਏ ਸਿੰਘਾਂ ਨੂੰ ਵੀ ਇਸ ਚੀਜ਼ ਦੀ ਚਿੰਤਾ ਹੈ ਕਿ ਆਖਿਰ ਭਾਰਤ ਤੇ ਪਾਕਿਸਤਾਨ ਦੇ ਵਿੱਚ ਸ਼ੁਰੂ ਹੋਈ ਇਹ ਜੰਗ ਕਦੋਂ ਮੁੱਕੇਗੀ, ਕਿਉਂਕਿ ਸੰਨ 47 ਤੋਂ ਬਾਅਦ ਅੱਜ ਤੱਕ ਪਤਾ ਨਹੀਂ ਕਿੰਨੇ ਹੀ ਮਾਵਾਂ ਦੇ ਪੁੱਤ ਇਸ ਜੰਗ ਨੇ ਖਾ ਲਏ ਨੇ, ਕਿੰਨੇ ਹੀ ਘਰ ਇਸ ਜੰਗ ਨੇ ਉਜਾੜ ਦਿੱਤੇ ਨੇ। ਤੇ ਹਾਲ ਹੀ ਦੇ ਵਿੱਚ ਮੁੜ ਕੇ ਪੁਲਵਾਮਾ ਹਮਲਾ ਅਤੇ ਉਸ ਤੋਂ ਬਾਅਦ ਪਾਕਿਸਤਾਨ ਵਿੱਚ ਹੋਈ ਏਅਰ ਸਟ੍ਰਾਈਕ ਨੂੰ ਲੈ ਕੇ ਕੈਨੇਡਾ ਦੇ ਵਿੱਚ ਇੱਕ ਪਾਕਿਸਤਾਨੀ ਸਿੰਘ ਨੇ ਸਿੱਖ ਸੰਗਤ ਨੂੰ ਸੰਬੋਧਿਤ ਕਰਦੇ ਹੋਏ ਆਪਣੇ ਦਿਲ ਦੀ ਭੜਾਸ ਕੱਢੀ ਅਤੇ ਦੱਸਿਆ ਕਿ ਉਹਨਾਂ ਨੂੰ ਕੀ ਲੱਗਦਾ ਹੈ ਕਿ ਆਖਿਰ ਕੌਣ ਹੈ ਇਹਨਾਂ ਹਮਲਿਆਂ ਦੇ ਪਿੱਛੇ, ਤੇ ਕਿਸ ਦੀਆਂ ਇਹ ਕਿਹੜੀਆਂ ਕੋਝੀਆਂ ਚਾਲਾਂ ਨੇ, ਕਿਹੜੀਆਂ ਸਾਜ਼ਿਸ਼ਾਂ ਨੇ, ਤੇ ਆਖਿਰ ਕਿਉਂ ਸਿੱਖ ਕੌਮ ਦੇ ਨਾਲ ਹੀ ਅਜਿਹਾ ਹੁੰਦਾ ਹੈ, ਆਖਿਰ ਕਿਉਂ ਪੰਜਾਬ ਤੇ ਜੰਮੂ ਕਸ਼ਮੀਰ ਦੇ ਨਾਲ ਹੀ ਅਜਿਹਾ ਵਾਪਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟਾਈਮ ਬਹੁਤ ਹੋ ਚੁੱਕਿਆ ਮੈਨੂੰ ਪਤਾ, ਸਾਰੇ ਪਠਾਣ ਚ ਖੜੇ ਤੇ ਜਿਹੜੇ ਸਾਡੇ ਸਤਿਕਾਰਯੋਗ ਲੀਡਰ ਸਾਹਿਬਾਨ ਸਾਨੂੰ ਉਠਾਉਣ ਤੋਂ ਡਰਦੇ ਹੋਏ ਚਲੇ ਵੀ ਗਏ ਨੇ। ਦੋਸਤੋ, ਮੈਂ ਗੱਲ ਐਜ ਏ ਕੈਨੇਡੀਅਨ ਕਰਾਂਗਾ, ਕਿਉਂਕਿ ਮੈਨੂੰ 30 ਸਾਲ ਹੋ ਗਏ ਇੱਥੇ ਰਹਿੰਦੇ ਨੂੰ, ਨਾ ਮੈਂ ਹੁਣ ਇੰਡੀਅਨ ਹਾਂ ਅਤੇ ਨਾ ਮੈਂ ਪਾਕਿਸਤਾਨੀ, ਮੈਂ ਹੁਣ ਕੈਨੇਡੀਅਨ ਹੋ ਚੁੱਕਿਆ। ਸਾਡੇ ਸਾਰਾ ਪਰਿਵਾਰ ਇੱਥੇ, ਸਾਨੂੰ ਐਜ ਏ ਕੈਨੇਡੀਅਨ ਹੀ ਥਿੰਕ ਕਰਨਾ ਚਾਹੀਦਾ। ਐਜ ਏ ਜਿੰਨਾ ਕੁ ਮੈਂ ਇਸ ਸਥਿਤੀ ਨੂੰ ਹੁਣ ਤੱਕ ਸਮਝਿਆ ਕਿ ਲੜਾਈ ਕਿੱਥੇ ਹੋ ਰਹੀ ਹੈ ਅਤੇ ਕੌਣ ਕਰ ਰਿਹਾ, ਇਹ ਦੋ ਗੱਲਾਂ ਸੋਚਣ ਵਾਲੀਆਂ। ਲੜਾਈ ਕਿੱਥੇ ਹੋ ਰਹੀ ਹੈ? ਕਸ਼ਮੀਰ ਅਤੇ ਪੰਜਾਬ ਦੇ ਵਿੱਚ। ਅਤੇ ਕਰ ਕੌਣ ਰਿਹਾ? ਪਾਕਿਸਤਾਨ ਨਹੀਂ ਕਰ ਰਿਹਾ। ਸਾਰੇ ਸਿਚੁਏਸ਼ਨ ਨੂੰ ਤੁਸੀਂ ਸੁਣ ਲਵੋ, ਚਾਹੇ ਪਾਕਿਸਤਾਨ ਦੀ ਪੁਲਿਸ ਜਿਹੜੀ ਫੌਜ ਸੀ ਉਹਦਾ ਮੇਜਰ ਜਨਰਲ ਬੋਲ ਰਿਹਾ, ਅਤੇ ਚਾਹੇ ਉੱਥੋਂ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸਾਹਿਬ ਬੋਲ ਰਹੇ ਨੇ। ਉਹ ਹਮੇਸ਼ਾ ਹੀ ਇਹ ਚੱਲੇ ਨੇ ਕਿ ਨਹੀਂ, ਅਸੀਂ ਲੜਾਈ ਨਹੀਂ ਚਾਹੁੰਦੇ, ਲੇਕਿਨ ਜੇ ਤੁਸੀਂ ਆਓਗੇ ਤਾਂ ਅਸੀਂ ਉਹਦਾ ਜਵਾਬ ਦੇਵਾਂਗੇ। ਇਹੀ ਗੱਲਾਂ ਹੋਈਆਂ ਨੇ। ਲੜਾਈ ਕਿਉਂ ਹੋ ਰਹੀ ਹੈ ਅਤੇ ਕਿੱਥੇ ਹੋ ਰਹੀ, ਮੈਂ ਗੱਲ ਪਹਿਲਾਂ ਕਰ ਰਹੀ, ਲੇਕਿਨ ਕਿਉਂ ਹੋ ਰਹੀ ਆ ਆਪਾਂ ਸਾਰੇ ਜਾਣਦੇ, ਜਿਹੜੇ ਸਾਡੇ ਲੀਡਰ ਇੱਥੇ ਬੋਲ ਕੇ ਗਏ ਪਤਾ ਉਹਨਾਂ ਨੂੰ ਵੀ ਹੈ, ਪਰ ਉਹ ਕਹਿਣਾ ਨਹੀਂ ਚਾਹੁੰਦੇ। ਲੜਾਈ ਹੋ ਰਹੀ ਆ ਕਿਉਂਕਿ ਕਸ਼ਮੀਰ ਦੇ ਤੇ ਪੰਜਾਬ ਦੇ ਲੋਕਾਂ ਦੇ ਨਾਲ ਧੱਕਾ ਹੋ ਰਿਹਾ। ਕਸ਼ਮੀਰ ਦੇ ਵਿੱਚ ਲੋਕ ਮਾਰੇ ਜਾ ਰਹੇ ਨੇ। ਅੱਜ ਤੋਂ 25 ਸਾਲ ਹੋ ਗਏ, ਮੈਂ 30 ਸਾਲਾਂ ਤੋਂ ਇੱਥੇ ਕੈਨੇਡਾ ਦੇ ਵਿੱਚ ਬੈਠਾ ਦੇਖ ਰਿਹਾ ਕਿ ਹਜ਼ਾਰਾਂ ਕਸ਼ਮੀਰੀ, ਜਿਹਦੇ 1 ਲੱਖ ਤੋਂ ਉੱਪਰ ਉਹਨਾਂ ਦੀ ਗਿਣਤੀ ਹੋ ਚੁੱਕੀ ਆ, ਯੰਗ ਬੱਚੇ ਤੋਂ ਲੈ ਕੇ ਓਲਡ ਤੱਕ ਉਹਨਾਂ ਨੇ ਮਾਰ ਦਿੱਤੇ ਨੇ। ਉਹ ਮਾਰੇ ਕਿਹੜੇ ਨੇ? ਇੰਡੀਆ ਦੀ ਫੌਜ ਨੇ। ਉਹ ਯਾਰੋ, ਸਾਡੇ ਸਿੱਖ ਭਰਾ ਚਿੱਟੀ ਸਿੰਘਪੁਰਾ ਦੇ ਵਿੱਚ ਸਿਰਫ ਇਸ ਵਾਸਤੇ ਮਾਰ ਦਿੱਤੇ ਜਾਣ ਇੰਡੀਆ ਦੀ ਫੌਜ ਦੇ ਵੱਲੋਂ ਕਿ ਇੱਥੇ ਬਿਲ ਕਲਿੰਟਨ ਆ ਰਿਹਾ ਤੇ ਅਸੀਂ ਨਾ ਪਾਕਿਸਤਾਨ ਦਾ ਲਾਉਣਾ? ਉਹ ਕੀ ਅਸੀਂ ਭੁੱਲ ਗਏ ਹਾਂ ਕਿ ਇੰਡੀਆ ਦੀ ਫੌਜ ਨੇ ਕਸ਼ਮੀਰੀ ਸਿੱਖਾਂ ਨੂੰ ਮਾਰਿਆ ਬਿਲ ਕਲਿੰਟਨ ਨੂੰ ਖੁਸ਼ ਕਰਨ ਵਾਸਤੇ? ਫਿਰ ਬਿਲ ਕਲਿੰਟਨ ਦੀ ਜਿਹੜੀ ਪੀਏ ਸੀ ਉਹਨੇ ਆਪਣੀ ਕਿਤਾਬ ਦੇ ਵਿੱਚ ਲਿਖ ਦਿੱਤਾ ਕਿ ਹਿੰਦੂ ਟੈਰਰਿਸਟਾਂ ਨੇ ਸਿੱਖ ਮਾਰ ਦਿੱਤੇ। ਕੀ ਇਹ ਗੱਲ ਝੁਠਲਾ ਲਓਗੇ ਆਪਾਂ? ਯਾਦ ਕਰੋ, ਕਸ਼ਮੀਰ ਦੇ ਵਿੱਚ ਆਪਾਂ ਤਾਂ ਹੁਣ ਨਾਂ ਵੀ ਭੁੱਲ ਗਏ, ਛੋਟੀ ਜਿਹੀ ਬੱਚੀ ਦਾ, 8 ਸਾਲ ਦੀ ਬੱਚੀ ਦਾ, ਅਸ ਸਾਨੂੰ ਭੁੱਲ ਗਏ ਆਪਾਂ। 2 ਸਾਲ ਦੀ ਗੱਲ ਹੈ, ਕਿੱਥੇ ਲਿਜਾ ਕੇ ਉਹ ਬੱਚੀ ਦੇ ਨਾਲ ਕਰਮ ਕੀਤਾ, ਉਸ ਬੱਚੇ ਦੇ ਨਾਲ ਜਿਹੜੇ ਬੱਚੇ ਨੂੰ ਇਹ ਵੀ ਨਹੀਂ ਪਤਾ ਕਿ ਮੈਂ ਮੇਲ ਹੈ ਕਿ ਫੀਮੇਲ ਹੈ। ਔਰ ਫਿਰ ਇਕੱਲੀ ਆਸਫਾ ਨਹੀਂ, ਕਸ਼ਮੀਰ ਦੇ ਵਿੱਚ ਸੈਂਕੜੇ ਔਰਤਾਂ ਦੇ ਨਾਲ, ਆ ਥੋੜੇ ਦਿਨ ਪਹਿਲਾਂ ਉਹਨਾਂ ਨੇ ਇੱਥੇ ਜਲੂਸ ਕੱਢਿਆ ਕਿ ਸਾਡੇ ਨਾਲ ਕੀ ਹੁੰਦਾ। ਮੈਂ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਰਿਟਾਇਰ ਫੌਜੀ ਨੇ, ਇੰਡੀਆ ਦੇ ਸਿੱਖ ਰੈਜੀਮੈਂਟ ਦੇ, ਮੈਂ ਉਹਨੂੰ ਪੁੱਛ ਰਿਹਾ ਸੀ ਕਿ ਕੀ ਗੱਲਾਂ ਹੋ ਰਹੀਆਂ। ਉਹਨੇ ਮੈਨੂੰ ਹਿਸਟਰੀ ਦੱਸੀ। ਉਹ ਮੈਨੂੰ ਕਹਿੰਦਾ, ਗਿਆਨ ਸਿੰਘ ਕੀ ਪੁੱਛਦਾ ਯਾਰ, ਸ਼ਰਮ ਨਾਲ ਸਿਰ ਝੁਕਦਾ। ਕਹਿੰਦਾ, ਜਦੋਂ ਅਸੀਂ ਪਹਿਲਾਂ ਜਾਂਦੇ ਸੀ ਸਿੱਖ ਰੈਜੀਮੈਂਟ, ਕਸ਼ਮੀਰ ਦੇ ਲੋਕ ਸਾਨੂੰ ਸਲਾਮਾਂ ਕਰਦੇ ਸੀ, ਅੱਜ ਕਹਿੰਦਾ ਇੰਡੀਆ ਦੀ ਫੌਜ ਜਾਂਦੀ ਆ
ਤੇ ਕਹਿੰਦਾ ਲੋਕ ਦੇਖ ਕੇ ਥੁੱਕਦੇ ਆ। ਉੱਥੋਂ ਦੀਆਂ ਔਰਤਾਂ ਦੇ ਨਾਲ ਯੰਗ ਬੱਚੀਆਂ ਵੱਡੀਆਂ ਬਜ਼ੁਰਗ ਔਰਤਾਂ ਛੋਟੇ ਬੱਚੇ ਦੇ ਨਾਲ ਕੀ ਕੋਈ ਕਰਮ ਨਹੀਂ ਕਰਦੀ ਇੰਡੀਆ ਦੀ ਫੌਜ। ਉਹ ਜਿਹੜੇ ਬੱਚੇ ਨੂੰ ਕਹਿੰਦੇ ਹੋ ਤੁਸੀਂ ਕਿ ਉਹਨੇ ਬੰਬ ਬੰਨ ਕੇ ਮਾਰੇ ਆ, 18 ਸਾਲਾਂ ਦਾ ਬੱਚਾ ਕੋਈ ਮਰਨਾ ਚਾਹੁੰਦਾ? ਕਿਉਂ ਮਰਿਆ ਉਹ? ਕਿਉਂਕਿ 18 ਸਾਲਾਂ ਦੇ ਬੱਚੇ ਦੀਆਂ ਨੱਕ ਨਾਲ ਲਕੀਰਾਂ ਕਢਾਈਆਂ ਗਈਆਂ। ਅਗਰ ਅਸੀਂ ਉੱਥੇ ਸ਼ਾਂਤੀ ਚਾਹੁੰਦੇ ਹਾਂ, ਸਾਨੂੰ ਕਸ਼ਮੀਰ ਦੇ ਲੋਕਾਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਸੁਣਨਾ ਪਏਗਾ ਜੋ ਚਾਹੁੰਦੇ ਨੇ। ਕਿਉਂ ਨਹੀਂ ਉਹਦੇ ਕਿ ਦੁਨੀਆਂ ਦੇ ਲੋਕ ਉੱਥੋਂ ਇੰਡੀਆ ਤੇ ਪਾਕਿਸਤਾਨ ਨੂੰ ਪਰੇ ਕਰ ਦਿਓ, ਪਾਕਿਸਤਾਨੀ ਕਸ਼ਮੀਰ ਤੇ ਇੰਡੀਅਨ ਕਸ਼ਮੀਰ। ਲੋਕਾਂ ਨੂੰ ਪੁੱਛੋ ਕਿ ਤੁਸੀਂ ਆਜ਼ਾਦ ਕੰਟਰੀ ਚਾਹੁੰਦੇ ਹੋ ਜਾਂ ਦੋਨਾਂ ਮੁਲਕਾਂ 'ਚ ਕਿਸੇ ਨਾਲ ਰਹਿਣਾ ਚਾਹੁੰਦੇ? ਕਿਉਂ ਨਹੀਂ ਪੰਜਾਬ ਦੇ ਸਿੱਖਾਂ ਨੂੰ? ਆ ਥੋੜ੍ਹੇ ਦਿਨ ਪਹਿਲਾਂ ਹੀ ਤੁਹਾਨੂੰ ਮੈਂ ਦੱਸਿਆ, ਪੰਜਾਬ ਦੇ ਅੰਦਰ 3 ਮੁੰਡੇ ਸਿੱਖਾਂ ਦੇ, ਸਿਰਫ ਉਹਨਾਂ ਦੇ ਕੋਲ ਕਿਤਾਬਾਂ ਸੀ, ਸਿਰਫ ਕਿਤਾਬਾਂ, ਬੰਬ ਨਹੀਂ ਸੀਗੇ। ਉਹਨਾਂ ਦੇ ਉੱਤੇ ਆਰੋਪ ਲਾਇਆ ਕਿ ਤੁਸੀਂ ਹਿੰਦੁਸਤਾਨ ਦੇ ਖਿਲਾਫ ਜਿਹਾਦ ਕਰ ਰਹੇ ਹੋ। ਉਹਨਾਂ ਨੂੰ 10-10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ ਸਿਰਫ ਕਿਤਾਬਾਂ ਰੱਖਣ ਵਾਸਤੇ। ਆਹ ਮੁਲਕ ਆ ਆਪਣੇ ਆਪ ਨੂੰ ਡੈਮੋਕਰੇਸੀ ਨਹੀਂ, ਉਹ ਠੱਗੋਕਰੇਸੀ ਆ, ਲੋਕਾਂ ਦੇ ਨਾਲ ਧੋਖਾ ਹੈ। ਔਰ ਸਭ ਤੋਂ ਵੱਧ ਪਿਛਲੇ 3 ਸਾਲਾਂ ਤੋਂ ਅਗਰ ਕੋਈ ਮੁਲਕ ਹਥਿਆਰ ਖਰੀਦ ਰਿਹਾ ਤੇ ਉਹ ਸਿਰਫ ਤੇ ਸਿਰਫ ਇੰਡੀਆ। ਔਰ ਹਥਿਆਰ ਕਿਹਦੇ ਵਾਸਤੇ ਖਰੀਦੇ ਜਾ ਰਹੇ? ਸਾਨੂੰ ਮਾਰਨ ਵਾਸਤੇ, ਸਾਡਾ ਇਲਾਕਾ ਖਤਮ ਕਰਨ ਵਾਸਤੇ ਜਿੱਥੋਂ ਅਸੀਂ ਆਏ ਹਾਂ। ਚਾਹੇ ਇਹ ਗੱਲ ਸੁਣ ਲਿਓ, ਚਾਹੇ ਬੰਬ ਅੰਮ੍ਰਿਤਸਰ ਡਿੱਗੇ ਤੇ ਚਾਹੇ ਲਾਹੌਰ ਡਿੱਗੇ, ਬਚਣਾ ਅਸੀਂ ਦੋਨਾਂ ਨੇ ਨਹੀਂ। ਔਰ ਕਿਉਂ ਮਾਰਨ ਆਉਂਦੇ ਆ? ਕਿਉਂ ਬੰਬ ਬਣਾਉਂਦੇ ਇੰਡੀਆ ਵਾਲੇ? ਕਿਉਂ ਸਾਡੇ ਉੱਤੇ ਬੰਬ ਬਣਾ ਕੇ ਆਉਂਦੇ? ਬਹਾਨਾ ਪਾਕਿਸਤਾਨ ਦਾ ਤੇ ਮਾਰਨਾ ਸਾਨੂੰ ਆਉਂਦੇ। ਇਸ ਵਾਸਤੇ ਸੱਚੀ ਗੱਲ ਤੇ ਖੜੋ, ਕੋਈ ਜ਼ਰੂਰਤ ਨਹੀਂ ਇੱਥੇ ਲਗਲਵਾਟ ਕਰਨ ਦੀ। ਇੰਡੀਆ ਦੀ ਗੌਰਮੈਂਟ ਨੇ, ਸਾਰੇ ਜਾਣਦੇ, ਜਿੱਦਾਂ ਇਮਰਾਨ ਸਾਹਿਬ ਨੇ ਕਿਹਾ ਕਿ ਮੈਂ ਕਹਿਣਾ ਨਹੀਂ ਚਾਹੁੰਦਾ ਕਿ ਹੋ ਸਕਦਾ ਜਿਹੜਾ ਬੰਬ ਆ ਇੰਡੀਆ ਦੀ ਗੌਰਮੈਂਟ ਨੇ ਸਟਾਇਆ ਹੋਵੇ। ਤੁਹਾਨੂੰ ਮੈਂ ਉਦਾਹਰਣ ਦੇਵਾਂ ਇੱਥੇ ਕੈਨੇਡਾ ਦੀ। ਇੱਕ ਮਿੰਟ ਮੈਂ ਤੁਹਾਡਾ ਹੁਣ ਟਾਈਮ ਲਿਆ ਤੇ ਮੈਨੂੰ ਦਿੱਤਾ ਤੁਸੀਂ ਅਖੀਰ 'ਚ, ਮੈਂ ਗੱਲ ਕਰਕੇ ਜਾਣੀ। ਜਿਹੜੇ ਗੁਰਦੁਆਰਾ ਸਾਹਿਬ 'ਚੋਂ ਮੈਂ ਆ ਰਿਹਾ ਨਾ, ਮੇਰੇ ਗੁਰਦੁਆਰਾ ਸਾਹਿਬ ਦੀ ਸੁਸਾਇਟੀ ਪਿੱਛੇ ਤਾਂ ਮੈਂ ਆ ਰਿਹਾ ਇੱਥੇ। ਏਅਰ ਇੰਡੀਆ ਦਾ ਜਹਾਜ਼ ਕਨਿਸ਼ਕਾ ਸਟਾਇਆ ਇੰਡੀਆ ਦੀ ਗੌਰਮੈਂਟ ਨੇ, ਔਰ ਨਾ ਕਿਹਦੇ ਲਾਇਆ? ਸਿੱਖਾਂ ਦੇ। ਸਾਨੂੰ ਸਿੱਖਾਂ ਨੂੰ ਟੈਰਰਿਸਟ, ਸਿੱਖ ਅੱਤਵਾਦੀ ਕਹਿਣ ਵਾਸਤੇ ਇੱਥੋਂ ਦੇ ਮੀਡੀਆ ਦੇ ਅੰਦਰ ਜਿਹੜੇ ਲੋਕ ਇੱਥੇ ਰਹਿ ਰਹੇ ਨੇ ਉਹ ਜਾਣਦੇ ਨੇ ਕਿ ਪਿਛਲੇ 30 ਸਾਲਾਂ ਤੋਂ ਇੰਡੀਆ ਦੀ ਗੌਰਮੈਂਟ ਮਿਲੀਅਨਸ ਡਾਲਰ ਖਰਚ ਕਰਕੇ ਸਾਨੂੰ ਟੈਰਰਿਸਟ ਬਣਾ ਰਹੀ ਹੈ। ਜਿਹੜੇ ਗੁਰਦੁਆਰਾ ਸਾਹਿਬ ਦਾ ਮੈਂ ਆ ਰਿਹਾ ਨਾ, ਉਹ ਸਾਨੂੰ ਕਹਿੰਦੇ ਟੈਰਰਿਸਟਾਂ ਦਾ ਗੁਰਦੁਆਰਾ। ਮੈਂ ਕਹਿੰਦਾ ਪਰ ਪੀਸ ਜਿਹੜੀ ਆ, ਜਿੰਨਾ ਚਿਰ ਤੁਸੀਂ ਕਾਰਨ ਨਹੀਂ ਲੱਭੋਗੇ, ਕਾਰਨ ਨਹੀਂ ਹਟਾਏ ਜਾਣਗੇ, ਕਸ਼ਮੀਰ ਦੇ ਲੋਕਾਂ ਦੇ ਧੱਕਾ ਨਹੀਂ ਸੁਣੋਗੇ, ਲੜਾਈ ਨਹੀਂ ਹਟਣੀ। ਉਹ ਕਦੇ ਵੀ ਕਸ਼ਮੀਰ ਦਾ ਬਹਾਨਾ ਲਾ ਕੇ, ਪਾਕਿਸਤਾਨ ਦਾ ਬਹਾਨਾ ਲਾ ਕੇ ਕਸ਼ਮੀਰਾਂ ਤੇ ਸਿੱਖਾਂ ਨੂੰ ਮਾਰਨ ਵਾਸਤੇ ਉੱਥੇ ਇਕੱਠੇ ਹੋ ਜਾਣਗੇ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਇਟ ਵਾਸ ਅ ਪਰਸਨਲ ਵਿਊ। ਔਰ ਅਸੀਂ ਗੁਰਪਿਆਰਿਓ, ਜੋ ਇਸ ਵੀਰ ਨੇ ਕਿਹਾ, ਜੇਕਰ ਅਜਿਹਾ ਕਾਂਡ ਜੰਮੂ ਅਤੇ ਕਸ਼ਮੀਰ ਦੇ ਵਿੱਚ ਹੋਇਆ ਹੈ, ਜੇਕਰ ਇਸ ਤਰੀਕੇ ਦੇ ਨਾਲ ਸਾਡੀਆਂ ਸਿਆਸੀ ਧਿਰਾਂ ਸੋਚ ਰਹੀਆਂ ਨੇ, ਜੇਕਰ ਐਵੇਂ ਹੀ ਆਪਣੀ ਵੋਟਾਂ ਦੀ ਰਾਜਨੀਤੀ ਪਿੱਛੇ ਜਵਾਨਾਂ ਦੀਆਂ ਲਾਸ਼ਾਂ ਉਹ ਡੇਗ ਰਹੀਆਂ ਨੇ, ਤਾਂ ਫਿਰ ਕਿਤੇ ਨਾ ਕਿਤੇ ਸਮਾਂ ਆ ਗਿਆ ਕਿ ਅਸੀਂ ਸਾਰੇ ਆਪਣੀਆਂ ਅੱਖਾਂ ਖੋਲੀਏ, ਤਾਂ ਜੋ ਕਾਂਡ ਲਗਾਤਾਰ ਚੱਲਦਾ ਆ ਰਿਹਾ ਉਸ ਕਾਂਡ ਨੂੰ ਰੋਕਿਆ ਜਾ ਸਕੇ। ਸਰਬੱਤ ਦੇ ਭਲੇ ਦਾ ਫਲਸਫਾ ਅਸੀਂ ਯਾਦ ਰੱਖੀਏ, ਇਨਸਾਨੀਅਤ ਦਾ ਜਜ਼ਬਾ ਯਾਦ ਰੱਖੀਏ, ਕਿਸੇ ਦੇ ਉੱਤੇ ਅਸੀਂ ਜ਼ੁਲਮ ਨਾ ਹੋਣ ਦਈਏ, ਤੇ ਫਿਰ ਜ਼ੁਲਮ ਕਰਨ ਵਾਲਾ ਚਾਹੇ ਕੋਈ ਸਿਆਸਤਦਾਨ ਹੋਵੇ ਜਾਂ ਵੱਡੇ ਤੋਂ ਵੱਡਾ ਅਹੁਦੇਦਾਰ, ਉਸ ਨੂੰ ਠੋਕਵਾਂ ਜਵਾਬ ਦੇਣਾ ਸਾਨੂੰ ਆਉਣਾ ਚਾਹੀਦਾ ਹੈ। ਪਰ ਨਾਲ ਹੀ ਅਸੀਂ ਹੱਥ ਬੰਨ ਕੇ ਇਹ ਬੇਨਤੀ ਵੀ ਜ਼ਰੂਰ ਕਰਾਂਗੇ
ਕਰਾਂਗੇ ਕਿ ਕੋਈ ਵੀ ਕਾਨੂੰਨ ਕਦੇ ਵੀ ਆਪਣੇ ਹੱਥ ਦੇ ਵਿੱਚ ਨਾ ਲਵੇ, ਕਾਨੂੰਨੀ ਪ੍ਰਕਿਰਿਆ ਦੇ ਵਿੱਚ ਰਹਿ ਕੇ ਅਜਿਹੇ ਸਵਾਲਾਂ ਦੇ ਜਵਾਬ ਦਿੱਤੇ ਜਾਣ ਤਾਂ ਜੋ ਲੋਕਾਂ ਨੂੰ ਅਹਿਸਾਸ ਹੋ ਸਕੇ ਕਿ ਸੱਚ ਕੀ ਹੈ ਅਤੇ ਝੂਠ ਕੀ। ਬਾਕੀ ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ ਕਿ ਵਾਕਈ ਹੀ ਜੰਮੂ ਕਸ਼ਮੀਰ ਅਤੇ ਪੰਜਾਬ ਦੇ ਨਾਲ ਸਿਆਸੀ ਧਿਰਾਂ ਆਪਣੀ ਦੁਸ਼ਮਣੀ ਕੱਢ ਰਹੀਆਂ ਨੇ ਜਾਂ ਸਿਰਫ ਸਿਆਸੀ ਰੋਟੀਆਂ ਸੇਕਣ ਵਾਸਤੇ ਅਜਿਹੇ ਕਾਂਡ ਕੀਤੇ ਜਾਂਦੇ ਨੇ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟਾਈਮ ਬਹੁਤ ਹੋ ਚੁੱਕਿਆ ਮੈਨੂੰ ਪਤਾ, ਸਾਰੇ ਆਪਾਂ ਠੰਡ 'ਚ ਖੜੇ ਅਤੇ ਜਿਹੜੇ ਸਾਡੇ ਸਤਿਕਾਰਯੋਗ ਲੀਡਰ ਸਾਹਿਬਾਨ ਸਾਨੂੰ ਠੰਡ ਤੋਂ ਡਰਦੇ ਹੋਏ ਚਲੇ ਵੀ ਗਏ ਨੇ। ਦੋਸਤੋ ਮੈਂ ਗੱਲ ਐਜ ਏ ਕੈਨੇਡੀਅਨ ਕਰਾਂ, ਕਿਉਂਕਿ ਮੈਨੂੰ 30 ਸਾਲ ਹੋ ਗਏ ਇੱਥੇ ਰਹਿੰਦੇ ਨੂੰ, ਨਾ ਮੈਂ ਹੁਣ ਇੰਡੀਅਨ ਹਾਂ ਅਤੇ ਨਾ ਮੈਂ ਪਾਕਿਸਤਾਨੀ, ਮੈਂ ਹੁਣ ਕੈਨੇਡੀਅਨ ਹੋ ਚੁੱਕਿਆ। ਸਾਡੇ ਸਾਰਾ ਪਰਿਵਾਰ ਇੱਥੇ, ਸਾਨੂੰ ਐਜ ਏ ਕੈਨੇਡੀਅਨ ਹੀ ਥਿੰਕ ਕਰਨਾ ਚਾਹੀਦਾ। ਐਜ ਏ ਜਿੰਨਾ ਕੁ ਮੈਂ ਇਸ ਸਥਿਤੀ ਨੂੰ ਹੁਣ ਤੱਕ ਸਮਝਿਆ ਕਿ ਲੜਾਈ ਕਿੱਥੇ ਹੋ ਰਹੀ ਹੈ ਅਤੇ ਕੌਣ ਕਰ ਰਿਹਾ, ਇਹ ਦੋ ਗੱਲਾਂ ਸੋਚਣ ਵਾਲੀਆਂ। ਲੜਾਈ ਕਿੱਥੇ ਹੋ ਰਹੀ ਹੈ? ਕਸ਼ਮੀਰ ਅਤੇ ਪੰਜਾਬ ਦੇ ਵਿੱਚ। ਅਤੇ ਕਰ ਕੌਣ ਰਿਹਾ? ਪਾਕਿਸਤਾਨ ਨਹੀਂ ਕਰ ਰਿਹਾ। ਸਾਰੇ ਸਿਚੁਏਸ਼ਨ ਨੂੰ ਤੁਸੀਂ ਸੁਣ ਲਵੋ, ਚਾਹੇ ਪਾਕਿਸਤਾਨ ਦੀ ਪੁਲਿਸ ਜਿਹੜੀ ਫੌਜ ਸੀ ਉਹਦਾ ਮੇਜਰ ਜਨਰਲ ਬੋਲ ਰਿਹਾ, ਅਤੇ ਚਾਹੇ ਉੱਥੋਂ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸਾਹਿਬ ਬੋਲ ਰਹੇ ਨੇ। ਉਹ ਹਮੇਸ਼ਾ ਹੀ ਇਹ ਚੱਲੇ ਨੇ ਕਿ ਨਹੀਂ ਅਸੀਂ ਲੜਾਈ ਨਹੀਂ ਚਾਹੁੰਦੇ, ਲੇਕਿਨ ਜੇ ਤੁਸੀਂ ਆਓਗੇ ਤਾਂ ਅਸੀਂ ਉਹਦਾ ਜਵਾਬ ਦੇਵਾਂਗੇ। ਇਹੀ ਗੱਲਾਂ ਹੋਈਆਂ ਨੇ। ਲੜਾਈ ਕਿਉਂ ਹੋ ਰਹੀ ਹੈ ਅਤੇ ਕਿੱਥੇ ਹੋ ਰਹੀ, ਮੈਂ ਗੱਲ ਪਹਿਲਾਂ ਕਰ ਰਹੀ, ਲੇਕਿਨ ਕਿਉਂ ਹੋ ਰਹੀ ਆ ਆਪਾਂ ਸਾਰੇ ਜਾਣਦੇ, ਜਿਹੜੇ ਸਾਡੇ ਲੀਡਰ ਇੱਥੇ ਬੋਲ ਕੇ ਗਏ ਪਤਾ ਉਹਨਾਂ ਨੂੰ ਵੀ ਹੈ, ਪਰ ਉਹ ਕਹਿਣਾ ਨਹੀਂ ਚਾਹੁੰਦੇ। ਲੜਾਈ ਹੋ ਰਹੀ ਆ ਕਿਉਂਕਿ ਕਸ਼ਮੀਰ ਦੇ ਅਤੇ ਪੰਜਾਬ ਦੇ ਲੋਕਾਂ ਦੇ ਨਾਲ ਧੱਕਾ ਹੋ ਰਿਹਾ। ਕਸ਼ਮੀਰ ਦੇ ਵਿੱਚ ਲੋਕ ਮਾਰੇ ਜਾ ਰਹੇ ਨੇ। ਅੱਜ ਤੋਂ 25 ਸਾਲ ਹੋ ਗਏ, ਮੈਂ 30 ਸਾਲਾਂ ਤੋਂ ਇੱਥੇ ਕੈਨੇਡਾ ਦੇ ਵਿੱਚ ਬੈਠਾ ਦੇਖ ਰਿਹਾ ਕਿ ਹਜ਼ਾਰਾਂ ਕਸ਼ਮੀਰੀ, ਜਿਹਦੇ 1 ਲੱਖ ਤੋਂ ਉੱਪਰ ਉਹਨਾਂ ਦੀ ਗਿਣਤੀ ਹੋ ਚੁੱਕੀ ਆ, ਯੰਗ ਬੱਚੇ ਤੋਂ ਲੈ ਕੇ ਓਲਡ ਤੱਕ ਉਹਨਾਂ ਨੇ ਮਾਰ ਦਿੱਤੇ ਨੇ। ਉਹ ਮਾਰੇ ਕਿਹੜੇ ਨੇ? ਇੰਡੀਆ ਦੀ ਫੌਜ ਨੇ। ਉਹ ਯਾਰੋ ਸਾਡੇ ਸਿੱਖ ਭਰਾ ਚਿੱਟੀ ਸਿੰਘਪੁਰਾ ਦੇ ਵਿੱਚ ਸਿਰਫ ਇਸ ਵਾਸਤੇ ਮਾਰ ਦਿੱਤੇ ਜਾਣ ਇੰਡੀਆ ਦੀ ਫੌਜ ਦੇ ਵੱਲੋਂ ਕਿ ਇੱਥੇ ਬਿਲ ਕਲਿੰਟਨ ਆ ਰਿਹਾ ਤੇ ਅਸੀਂ ਨਾ ਪਾਕਿਸਤਾਨ ਦਾ ਲਾਉਣਾ? ਉਹ ਕੀ ਅਸੀਂ ਭੁੱਲ ਗਏ ਆ ਕਿ ਇੰਡੀਆ ਦੀ ਫੌਜ ਨੇ ਕਸ਼ਮੀਰੀ ਸਿੱਖਾਂ ਨੂੰ ਮਾਰਿਆ ਬਿਲ ਕਲਿੰਟਨ ਨੂੰ ਖੁਸ਼ ਕਰਨ ਵਾਸਤੇ? ਫਿਰ ਬਿਲ ਕਲਿੰਟਨ ਦੀ ਜਿਹੜੀ ਪੀਏ ਸੀ ਉਹਨੇ ਆਪਣੀ ਕਿਤਾਬ ਦੇ ਵਿੱਚ ਲਿਖ ਦਿੱਤਾ ਕਿ ਹਿੰਦੂ ਟੈਰਰਿਸਟਾਂ ਨੇ ਸਿੱਖ ਮਾਰ ਦਿੱਤੇ। ਕੀ ਇਹ ਗੱਲ ਝੁਠਲਾ ਲਓਗੇ? ਆਪਾਂ ਯਾਦ ਕਰੋ ਕਸ਼ਮੀਰ ਦੇ ਵਿੱਚ, ਆਪਾਂ ਤਾਂ ਹੁਣ ਨਾ ਵੀ ਭੁੱਲ ਗਏ, ਛੋਟੀ ਜਿਹੀ ਬੱਚੀ ਦਾ, 8 ਸਾਲ ਦੀ ਬੱਚੀ ਦਾ, ਅਸ ਸਾਨੂੰ ਭੁੱਲ ਗਏ ਆਪਾਂ, 2 ਸਾਲ ਦੀ ਗੱਲ ਹੈ। ਕਿੱਥੇ ਲਿਜਾ ਕੇ ਉਹ ਬੱਚੀ ਦੇ ਨਾਲ ਕਰਮ ਕੀਤਾ ਉਸ ਬੱਚੇ ਦੇ ਨਾਲ, ਜਿਹੜੇ ਬੱਚੇ ਨੂੰ ਇਹ ਵੀ ਨਹੀਂ ਪਤਾ ਕਿ ਮੈਂ ਮੇਲ ਹੈ ਕਿ ਫੀਮੇਲ ਹੈ। ਔਰ ਫਿਰ ਇਕੱਲੀ ਆਸਫਾ ਨਹੀਂ, ਕਸ਼ਮੀਰ ਦੇ ਵਿੱਚ ਸੈਂਕੜੇ ਔਰਤਾਂ ਦੇ ਨਾਲ, ਆ ਥੋੜੇ ਦਿਨ ਪਹਿਲਾਂ ਉਹਨਾਂ ਨੇ ਇੱਥੇ ਜਲੂਸ ਕੱਢਿਆ ਕਿ ਸਾਡੇ ਨਾਲ ਕੀ ਹੁੰਦਾ। ਮੈਂ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਰਿਟਾਇਰ ਫੌਜੀ ਨੇ, ਇੰਡੀਆ ਦੇ ਸਿੱਖ ਰੈਜੀਮੈਂਟ ਦੇ, ਮੈਂ ਉਹਨੂੰ ਪੁੱਛ ਰਿਹਾ ਸੀ ਕਿ ਕੀ ਗੱਲਾਂ ਹੋ ਰਹੀਆਂ, ਉਹਨੇ ਮੈਨੂੰ ਹਿਸਟਰੀ ਦੱਸੀ। ਉਹ ਮੈਨੂੰ ਕਹਿੰਦਾ ਗਿਆਨ ਸਿੰਘ ਕੀ ਪੁੱਛਦਾ ਯਾਰ, ਸ਼ਰਮ ਨਾਲ ਸਿਰ ਝੁਕਦਾ। ਕਹਿੰਦਾ ਜਦੋਂ ਅਸੀਂ ਪਹਿਲਾਂ ਜਾਂਦੇ ਸੀ ਸਿੱਖ ਰੈਜੀਮੈਂਟਾਂ, ਕਸ਼ਮੀਰ ਦੇ ਲੋਕ ਸਾਨੂੰ ਸਲਾਮਾਂ ਕਰਦੇ ਸੀ, ਅੱਜ ਕਹਿੰਦਾ ਇੰਡੀਆ ਦੀ ਫੌਜ ਜਾਂਦੀ ਆ ਤੇ ਕਹਿੰਦਾ ਲੋਕ ਦੇਖ ਕੇ ਥੁੱਕਦੇ ਆ। ਉੱਥੋਂ ਦੀਆਂ ਔਰਤਾਂ ਦੇ ਨਾਲ, ਯੰਗ ਬੱਚੀਆਂ, ਵੱਡੀਆਂ ਬਜ਼ੁਰਗ ਔਰਤਾਂ, ਛੋਟੇ ਬੱਚਿਆਂ ਦੇ ਨਾਲ ਕੀ ਕੋਈ ਕਰਮ ਨਹੀਂ ਕਰਦੀ ਇੰਡੀਆ ਦੀ ਫੌਜ? ਉਹ ਜਿਹੜੇ ਬੱਚੇ ਨੂੰ ਕਹਿੰਦੇ ਹੋ ਤੁਸੀਂ ਕਿ ਉਹਨੇ ਬੰਬ ਬੰਨ ਕੇ ਮਾਰੇ ਆ, 18 ਸਾਲਾਂ ਦਾ ਬੱਚਾ ਕੋਈ ਮਰਨਾ ਚਾਹੁੰਦਾ? ਕਿਉਂ ਮਰਿਆ ਉਹ?
ਕਿਉਂਕਿ 18 ਸਾਲਾਂ ਦੇ ਬੱਚੇ ਦੀਆਂ ਨੱਕ ਨਾਲ ਲਕੀਰਾਂ ਕਢਾਈਆਂ ਗਈਆਂ। ਅਗਰ ਅਸੀਂ ਉੱਥੇ ਸ਼ਾਂਤੀ ਚਾਹੁੰਦੇ ਹਾਂ, ਸਾਨੂੰ ਕਸ਼ਮੀਰ ਦੇ ਲੋਕਾਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਸੁਣਨਾ ਪਏਗਾ ਜੋ ਚਾਹੁੰਦੇ ਨੇ। ਕਿਉਂ ਨਹੀਂ ਉਹਦੇ ਨਾਲ ਕਿ ਦੁਨੀਆ ਦੇ ਲੋਕ ਉੱਥੋਂ ਇੰਡੀਆ ਤੇ ਪਾਕਿਸਤਾਨ ਨੂੰ ਪਰੇ ਕਰ ਦਿਓ, ਪਾਕਿਸਤਾਨੀ ਕਸ਼ਮੀਰ ਤੇ ਇੰਡੀਅਨ ਕਸ਼ਮੀਰ। ਲੋਕਾਂ ਨੂੰ ਪੁੱਛੋ ਕਿ ਤੁਸੀਂ ਆਜ਼ਾਦ ਕੰਟਰੀ ਚਾਹੁੰਦੇ ਹੋ ਜਾਂ ਦੋਨਾਂ ਮੁਲਕਾਂ 'ਚ ਕਿਸ ਨਾਲ ਰਹਿਣਾ ਚਾਹੁੰਦੇ। ਕਿਉਂ ਨਹੀਂ ਪੰਜਾਬ ਦੇ ਸਿੱਖਾਂ ਨੂੰ, ਆਹ ਥੋੜ੍ਹੇ ਦਿਨ ਪਹਿਲਾਂ ਹੀ ਤੁਹਾਨੂੰ ਮੈਂ ਦੱਸਾਂ, ਪੰਜਾਬ ਦੇ ਅੰਦਰ 3 ਮੁੰਡੇ ਸਿੱਖਾਂ ਦੇ, ਸਿਰਫ ਉਹਨਾਂ ਦੇ ਕੋਲ ਕਿਤਾਬਾਂ ਸੀ, ਸਿਰਫ ਕਿਤਾਬਾਂ, ਬੰਬ ਨਹੀਂ ਸੀਗੇ। ਉਹਨਾਂ ਦੇ ਉੱਤੇ ਆਰੋਪ ਲਾਇਆ ਕਿ ਤੁਸੀਂ ਹਿੰਦੁਸਤਾਨ ਦੇ ਖਿਲਾਫ ਜਿਹਾਦ ਕਰ ਰਹੇ ਹੋ। ਉਹਨਾਂ ਨੂੰ 10-10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ ਸਿਰਫ ਕਿਤਾਬਾਂ ਰੱਖਣ ਵਾਸਤੇ। ਆਹ ਮੁਲਕ ਆ ਆਪਣੇ ਆਪ ਨੂੰ ਡੈਮੋਕ੍ਰੇਸੀ ਨਹੀਂ, ਉਹ ਠੱਗੋਕ੍ਰੇਸੀ ਆ, ਲੋਕਾਂ ਦੇ ਨਾਲ ਧੋਖਾ ਹੈ। ਔਰ ਸਭ ਤੋਂ ਵੱਧ ਪਿਛਲੇ 3 ਸਾਲਾਂ ਤੋਂ ਅਗਰ ਕੋਈ ਮੁਲਕ ਹਥਿਆਰ ਖਰੀਦ ਰਿਹਾ ਤੇ ਉਹ ਸਿਰਫ ਤੇ ਸਿਰਫ ਇੰਡੀਆ। ਔਰ ਹਥਿਆਰ ਕਿਹਦੇ ਵਾਸਤੇ ਖਰੀਦੇ ਜਾ ਰਹੇ? ਸਾਨੂੰ ਮਾਰਨ ਵਾਸਤੇ, ਸਾਡਾ ਇਲਾਕਾ ਖਤਮ ਕਰਨ ਵਾਸਤੇ ਜਿੱਥੋਂ ਅਸੀਂ ਆਏ ਹਾਂ। ਚਾਹੇ ਇਹ ਗੱਲ ਸੁਣ ਲਿਓ, ਚਾਹੇ ਬੰਬ ਅੰਮ੍ਰਿਤਸਰ ਡਿੱਗੇ ਤੇ ਚਾਹੇ ਲਾਹੌਰ ਡਿੱਗੇ, ਬਚਣਾ ਅਸੀਂ ਦੋਨਾਂ ਨੇ ਨੀ। ਔਰ ਕਿਉਂ ਮਾਰਨ ਆਉਂਦੇ ਆ, ਕਿਉਂ ਬੰਬ ਬਣਾਉਂਦੇ ਇੰਡੀਆ ਵਾਲੇ, ਕਿਉਂ ਸਾਡੇ ਉੱਤੇ ਬੰਬ ਬਣਾ ਕੇ ਆਉਂਦੇ? ਬਹਾਨਾ ਪਾਕਿਸਤਾਨ ਦਾ ਤੇ ਮਾਰਨਾ ਸਾਨੂੰ ਆਉਂਦੇ। ਇਸ ਵਾਸਤੇ ਸੱਚੀ ਗੱਲ ਤੇ ਖੜੋ, ਕੋਈ ਜ਼ਰੂਰਤ ਨਹੀਂ ਇੱਥੇ ਲਗਲਵਾਟ ਕਰਨ ਦੀ। ਇੰਡੀਆ ਦੀ ਗੌਰਮੈਂਟ ਨੇ, ਸਾਰੇ ਜਾਣਦੇ, ਜਿੱਦਾਂ ਇਮਰਾਨ ਸਾਹਿਬ ਨੇ ਕਿਹਾ ਕਿ ਮੈਂ ਕਹਿਣਾ ਨਹੀਂ ਚਾਹੁੰਦਾ ਕਿ ਹੋ ਸਕਦਾ ਜਿਹੜਾ ਬੰਬ ਆ ਇੰਡੀਆ ਦੀ ਗੌਰਮੈਂਟ ਨੇ ਸਟਾਇਆ ਹੋਵੇ। ਤੁਹਾਨੂੰ ਉਦਾਹਰਣ ਦੇਵਾਂ ਇੱਥੇ ਕੈਨੇਡਾ ਦੀ। ਇੱਕ ਮਿੰਟ ਮੈਂ ਤੁਹਾਡਾ ਹੁਣ ਟਾਈਮ ਲਿਆ ਤੇ ਮੈਨੂੰ ਦਿੱਤਾ ਤੁਸੀਂ ਅਖੀਰ 'ਚ, ਮੈਂ ਗੱਲ ਕਰਕੇ ਜਾਣੀ। ਜਿਹੜੇ ਗੁਰਦੁਆਰਾ ਸਾਹਿਬ 'ਚੋਂ ਮੈਂ ਆ ਰਿਹਾ ਨਾ, ਮੇਰੇ ਗੁਰਦੁਆਰਾ ਸਾਹਿਬ ਦੀ ਸੁਸਾਇਟੀ ਪਿੱਛੇ ਤਾਂ ਮੈਂ ਆ ਰਿਹਾ ਇੱਥੇ। ਏਅਰ ਇੰਡੀਆ ਦਾ ਜਹਾਜ਼ ਕਨਿਸ਼ਕਾ ਸਟਾਇਆ ਇੰਡੀਆ ਦੀ ਗੌਰਮੈਂਟ ਨੇ, ਔਰ ਨਾ ਕਿਹਦੇ ਲਾਇਆ? ਸਿੱਖਾਂ ਦੇ। ਸਾਨੂੰ ਸਿੱਖਾਂ ਨੂੰ ਟੈਰਰਿਸਟ, ਸਿੱਖ ਅੱਤਵਾਦੀ ਕਹਿਣ ਵਾਸਤੇ ਇੱਥੋਂ ਦੇ ਮੀਡੀਆ ਦੇ ਅੰਦਰ ਜਿਹੜੇ ਲੋਕ ਇੱਥੇ ਰਹਿ ਰਹੇ ਨੇ ਉਹ ਜਾਣਦੇ ਨੇ ਕਿ ਪਿਛਲੇ 30 ਸਾਲਾਂ ਤੋਂ ਇੰਡੀਆ ਦੀ ਗੌਰਮੈਂਟ ਮਿਲੀਅਨਸ ਡਾਲਰ ਖਰਚ ਕਰਕੇ ਸਾਨੂੰ ਟੈਰਰਿਸਟ ਬਣਾ ਰਹੀ ਹੈ। ਜਿਹੜੇ ਗੁਰਦੁਆਰਾ ਸਾਹਿਬ ਦਾ ਮੈਂ ਆ ਰਿਹਾ ਨਾ, ਉਹ ਸਾਨੂੰ ਕਹਿੰਦੇ ਟੈਰਰਿਸਟਾਂ ਦਾ ਗੁਰਦੁਆਰਾ। ਮੈਂ ਕਹਿੰਦਾ ਪਰ ਪੀਸ ਜਿਹੜੀ ਆ, ਜਿੰਨਾ ਚਿਰ ਤੁਸੀਂ ਕਾਰਨ ਨਹੀਂ ਲੱਭੋਗੇ, ਕਾਰਨ ਨਹੀਂ ਹਟਾਏ ਜਾਣਗੇ, ਕਸ਼ਮੀਰ ਦੇ ਲੋਕਾਂ ਦੇ ਧੱਕਾ ਨਹੀਂ ਸੁਣੋਗੇ, ਲੜਾਈ ਨਹੀਂ ਹਟਣੀ। ਉਹ ਕਦੇ ਵੀ ਕਸ਼ਮੀਰ ਦਾ ਬਹਾਨਾ ਲਾ ਕੇ, ਪਾਕਿਸਤਾਨ ਦਾ ਬਹਾਨਾ ਲਾ ਕੇ ਕਸ਼ਮੀਰਾਂ ਤੇ ਸਿੱਖਾਂ ਨੂੰ ਮਾਰਨ ਵਾਸਤੇ ਉੱਥੇ ਇਕੱਠੇ ਹੋ ਜਾਣਗੇ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਇਟ ਵਾਜ਼ ਅ ਪਰਸਨਲ ਵਿਊ ਔਰ ਅਸੀਂ